यार जरूरी नहीं होंगे कि कल सेलिब्रिटी लेट हो, असं भी लेट हो सकते हैं यार, सानू भी आका इना लेट ਕਿੰਨਾ ਲੇਟ ਹੋ ਗਏ ਭਾਜੀ ਅੱਛਾ ਸੋਹਣੇ ਲੱਗ ਰਹੇ ਕੀ ਹਾਲ ਚਾਲ ਮੈਂ ਡਿਸਟਰਬ ਤਾਂ ਨਹੀਂ ਕੀਤਾ ਉਹਦਾ ਨਹੀਂ ਹਾਲੇ ਤਾਂ ਨਹੀਂ ਭਾਜੀ ਇਹ ਕਿਹੜਾ ਵੈਲਕਮ ਹੋਇਆ ਕਿ ਆਓ ਆਓ ਵੈਲ ਅਸੀਂ ਨਾ ਥੋੜ੍ਹਾ ਜਿਹਾ ਵੈਸੇ ਛਾਪਾ ਮਾਰਿਆ ਹੋਟੇਲ ਰੂਮ ਦੇ ਵਿੱਚ ਦੀਪ ਹੁਸੈਨ ਸੋ ਵੀਰੇ ਵੈਲਕਮ ਤੁਸੀਂ ਮੇਰਾ ਕਰੋਗੇ ਕਿ ਮੈਂ ਕਰਾਂ ਨਹੀਂ ਮੈਂ ਕਰਦਾ ਫਿਲਹਾਲ ਤੇ ਫਿਲਹਾਲ ਤੇ ਵੈਲਕਮ ਹੈ ਜੀ ਭਾਜੀ ਆਏ ਨੇ ਸਾਡੇ ਰੂਮ ਦੇ ਵਿੱਚ ਸੋ ਵੈਲਕਮ ਯੂ ਆਲ ਕਹਿੰਦੇ ਕੀ ਹੁੰਦੇ ਕਿ ਜਿਹੜੇ ਹਾਈਜੈਕ ਜਹਾਜ਼ ਹੁੰਦੇ ਆ ਮੈਨੂੰ ਲੱਗਦਾ ਅਸੀਂ ਹੋਟੇਲ ਰੂਮ ਜਿਹੜਾ ਹੈਗਾ ਉਹ ਹਾਈਜੈਕ ਕਰ ਲਿਆ ਹਨਾ ਸੋ ਕਿਵੇਂ ਦਾ ਲੱਗ ਰਿਹਾ ਖੁਦ ਨੂੰ ਹੋਟੇਲ ਦੇ ਵਿੱਚ ਹਾਈਜੈਕ ਕਰਵਾ ਕੇ ਬਹੁਤ ਹੀ ਵਧੀਆ ਲੱਗ ਰਿਹਾ ਮਤਲਬ ਬਹੁਤ ਹੀ ਵਧੀਆ ਮਤਲਬ ਇਹ ਪਹਿਲਾ ਹਾਈਜੈਕ ਹੈ ਦੁਨੀਆ ਦਾ ਜਿਹਦੇ ਲਈ ਮੈਂ ਹਾਈਜੈਕ ਹੋਣ ਲਈ ਖੁਦ ਵੇਟ ਕਰ ਰਿਹਾ ਸੀ ਤਿਆਰ ਹੋਇਆ ਮੈਂ ਤਿਆਰ ਹੋਇਆ ਬਲਕਿ ਅੱਛਾ ਮੰਨਿਆ ਕਿ ਜੇ ਬੰਦੇ ਦੇ ਗਾਣੇ ਮਿਲੀਅਨ ਸੇ ਹੋ ਗਏ ਬਿਲੀਅਨ ਸੇ ਹੋ ਗਏ ਚਲਾਕੋ ਮਾਸੀ ਹਿੱਟ ਹੋ ਗਿਆ ਇਹਦਾ ਮਤਲਬ ਇਹ ਥੋੜਾ ਕਿ ਉਹਨੂੰ ਕੋਈ ਇੰਤਜ਼ਾਰ ਨਹੀਂ ਕਰਵਾ ਸਕਦਾ ਬਿਲਕੁਲ 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 ਕਰਾ ਸਕਦਾ ਔਰ ਖਾਸ ਕਰ ਇੰਤਜ਼ਾਰ ਕਰਾਉਣ ਵਾਲਾ ਜਦ ਇੰਨਾ ਖਾਸ ਸਾਡਾ ਸ਼ਖਸ ਹੋਏ ਸਾਡਾ ਇੰਨਾ ਖਾਸ ਯਾਰ ਹੋਏ ਤੇ ਉਹ ਇੰਤਜ਼ਾਰ ਕਰਨ ਦਾ ਹੋਰ ਮਜ਼ਾ ਵੀ ਆਉਂਦਾ ਵੈਸੇ ਜੀ ਬਹੁਤ ਸਾਰਾ ਵੈਲਕਮ ਇੱਕ ਵਾਰੀ ਮੈਂ ਕਰਦਾ ਆਪਣੇ ਤਰੀਕੇ ਦੇ ਨਾਲ ਹਨਾ ABP ਸੰਗਤ ਤੁਹਾਡਾ ਸਵਾਗਤ ਹੈ ਸੋ ਜਿਹੜਾ ਸਫ਼ਰ ਸੀਗਾ ਅਸੀਂ ਹਮੇਸ਼ਾ ਗੱਲ ਕਰਦੇ ਹੁੰਦੇ ਹਾਂ ਕਿ ਜਦੋਂ ਮੈਂ ਪੰਜਾਬ ਆਉਂਦਾ ਨਾ ਤਾਂ ਮੇਰੀ ਇੱਕ ਪਰਚੀ ਕੱਟੀ ਜਾਂਦੀ ਅੱਜ ਕੱਟੀ ਗਈ ਕਿ ਨਹੀਂ ਕੱਟੀ ਗਈ ਨਹੀਂ ਅੱਜ ਨਹੀਂ ਕੱਟੀ ਗਈ ਵੈਸੇ ਮੈਂ ਇਹ ਚੀਜ਼ ਦੇਖੀ ਤੁਹਾਡਾ ਉਹ ਇੰਟਰਵਿਊ ਦੇਖਣ ਤੋਂ ਬਾਅਦ ਮੇਰੀ ਪਰਚੀ ਕੱਟਣੀਆਂ ਬੰਦ ਹੋ ਗਈਆਂ ਵੈਸੇ ਇੰਟਰਵਿਊ ਕੰਮ ਆ ਰਿਹਾ ਕਿ ਨਹੀਂ ਆ ਰਿਹਾ ਬਿਲਕੁਲ ਆ ਰਿਹਾ ਬਿਲਕੁਲ ਆ ਰਿਹਾ ਵੈਸੇ ਤੁਹਾਡਾ ਉਹ ਇੰਟਰਵਿਊ ਦੇਖਣ ਤੋਂ ਬਾਅਦ ਮਤਲਬ ਚੰਡੀਗੜ੍ਹ ਆਈ ਥਿੰਕ ਤੀਜਾ ਚੌਥਾ ਚੱਕਰ ਲੱਗ ਗਿਆ ਹੁਣੇ ਤੱਕ ਤਾਂ ਕੋਈ ਪਰਚੀ ਨਹੀਂ ਕੱਟੀ ਗਈ ਦਿਲ ਤੋਂ ਗਾਣੇ ਉਹਦੀ ਥੋੜੀ ਜਿਹੀ ਆਦਤ ਬਣੀ ਹੋਈ ਹੈ ਸੋ ਉਹ ਮੈਨੂੰ ਲੱਗਦਾ ਕਿ ਉਹ ਆਦਤ ਨਹੀਂ ਜਾਏਗੀ ਕਦੇ ਵੀ ਜਿੰਨੇ ਮਰਜ਼ੀ ਬੀਟ ਗਾਣੇ ਕਰ ਲਈਏ ਲੇਕਿਨ ਜਿਹੜਾ ਮੇਨ ਜਿਹੜਾ ਬੇਸ ਹੈ ਉਹ ਤਾਂ ਰੋਮਾਂਸ ਹੀ ਰਹੇਗਾ ਨਾਲ ਦੇਖੋ ਕਿ ਸਾਨੂੰ ਰੂਮ ਦੇ ਵਿੱਚ ਬੁਲਾ ਲਿਆ ਇਹ ਨਹੀਂ ਕਿਹਾ ਕਿ ਆਓ ਬੈਠੋ ਪਾਣੀ ਪੀਓ ਸਿੱਧਾ ਬੈਠ ਚਲੋ ਇੰਟਰਵਿਊ ਕਰੀਏ ਹੈ ਨਾ ਸੋ ਕਿਵੇਂ ਦਾ ਲੱਗ ਰਿਹਾ ਅੱਜ ਬੈਠ ਦੇ ਉੱਪਰ ਇੰਟਰਵਿਊ ਕਰਕੇ ਆਈ ਥਿੰਕ ਦਿਸ ਇਜ਼ ਅ ਫਸਟ ਐਕਸਪੀਰੀਅੰਸ ਆਫ ਮਾਈ ਲਾਈਫ ਕਿ ਮੈਂ ਬੈਠ ਦੇ ਉੱਪਰ ਇੰਟਰਵਿਊ ਕਰ ਰਿਹਾ ਬਟ ਅੱਛਾ ਹੈ ਸੌਫਟ ਲੱਗ ਰਿਹਾ ਅੱਛਾ ਆਰਟਿਸਟ ਨੂੰ ਕਿੰਨਾ ਕੰਫਰਟ ਜ਼ੋਨ ਦੇ ਰਹੇ ਤੁਹਾਨੂੰ ਕਿਤੇ ਬਾਹਰ ਜਾਣ ਦੀ ਲੋੜ ਹੀ ਨਹੀਂ ਮਹਾਰਾਜ ਬੈਠੋ ਉੱਥੇ ਉੱਥੇ ਆ ਗਏ ਬਿਲਕੁਲ ਬਿਲਕੁਲ ਨਹੀਂ ਇਹ ਤਾਂ ਵੈਸੇ ਮੈਂ ਇਹਨਾਂ ਦੀ ਤਾਰੀਫ ਹੈ ਪਿੱਠ ਪਿੱਛੇ ਸੁਣਦੇ ਹਾਂ ਮੈਂ ਕੈਮਰੇ ਦੇ ਉੱਪਰ ਤਾਰੀਫ ਕਰ ਰਿਹਾ ਕਿ ਬਹੁਤ ਰਿਲੈਕਸ ਕਰਾਉਂਦੇ ਨੇ ਆਰਟਿਸਟ ਨੂੰ ਬਹੁਤ ਰਿਲੈਕਸ ਕਰਾਉਂਦੇ ਨੇ ਚਲੋ ਚੱਲੀਏ ਆਪਾਂ ਮੈਂ ਬਹੁਤਾ ਅਸੀਂ ਲਾਂਭਾ ਲਾਉਣਾ ਨਾ ਪਵੇ ਉਹਦੇ ਲਈ ਗਾਣਾ ਸੁਣਾਉਣਾ ਪਊਗਾ ਰੀਸੈਂਟ ਜਿਹੜਾ ਮੈਂ ਮਰ ਜਾਣੀ ਹੈ ਨਾ ਵੀਡੀਓ ਬੜਾ ਸੋਹਣਾ ਬਣਿਆ ਅਤੇ ਗਾਣੇ ਦੀ ਆਪਾਂ ਆਡੀਓ ਸੁਣ ਕੇ ਇੱਕ ਵਾਰੀ ਜ਼ਿਆਦਾ ਫਿਰ ਤਾਜ਼ਾ ਕਰਦੇ ਹਾਂ ਹਾਂਜੀ ਬਿਲਕੁਲ ਸੋ ਗਾਣਾ ਇੱਦਾਂ ਅੱਜ ਵੀ ਨਾ ਭੁੱਲਦੀ ਸਾਨੂੰ ਮਰ ਜਾਣੀ ਜਿਹਦੇ ਪਿੱਛੇ ਆਪਣਾ ਨਾਂ ਭੁਲਾਏ ਬੈਠੇ ਸੀ ਹੱਲੇ ਵੀ ਉਹਦਾ ਨਾਂ ਬੁਲਾ ਤੇ ਰਹਿੰਦਾ ਏ ਜਿਹਦੇ ਪਿੱਛੇ ਆਪਣਾ ਨਾਂ ਭੁਲਾਏ ਬੈਠੇ ਸੀ ਸੋ ਬਾਕੀ ਦੀ ਗਾਣਾ ਤੁਸੀਂ ਯੂਟਿਊਬ ਤੇ ਆ ਕੇ ਸੁਣ ਲਿਓ ਅਸੀਂ ਨਾ ਹਮੇਸ਼ਾ ਫਿਟਨੈਸ ਦੀ ਗੱਲ ਕਰਦੇ ਹੁੰਦੇ ਹਨਾ ਅੱਜ ਫਿਰ ਫਿਟਨੈਸ ਦੀ ਗੱਲ ਕਰਾਂਗੇ ਅੱਛਾ ਮੰਨਿਆ ਕਿ ਤੁਸੀਂ ਪਲੇਬੈਕ ਸਿੰਗਿੰਗ ਕਰਨ ਦੇ ਲਈ ਜ਼ਿਆਦਾ ਸ਼ੌਂਕ ਰੱਖਦੇ ਹੋ ਨਾ ਫਿਟਨੈਸ ਦਾ ਰਾਜ ਕੀ ਆ ਫਿਟਨੈਸ ਦਾ ਰਾਜ ਜੀ ਮੈਂ ਮਤਲਬ ਬਸ ਇਹ ਹੈ ਕਿ ਮਾਂ ਦੇ ਹੱਥ ਦੇ ਬਣੇ ਪਰੌਂਠੇ ਔਰ ਬਸ ਘਰੇਲੂ ਖਾਣਾ ਔਰ ਮਤਲਬ ਮੇਰੇ ਤੋਂ ਡਾਇਟਿੰਗ ਨਹੀਂ ਹੁੰਦੀ ਮੈਂ ਬੜੀ ਕੋਸ਼ਿਸ਼ ਕੀਤੀ ਬੜਾ ਮਤਲਬ ਕਿ ਫੈਟ ਲੂਜ਼ ਕਰੀਏ ਇਹ ਉਹ ਬਟ ਮੇਰੇ ਤੋਂ ਡਾਇਟਿੰਗ ਨਹੀਂ ਹੁੰਦੀ ਜਿੱਦਾਂ ਹੈ ਕਿਉਂਕਿ ਲੋਕਾਂ ਨੇ ਗਾਣੇ ਸੁਣਨੇ ਨੇ ਆਵਾਜ਼ ਸੁਣਨੀ ਹੈ ਸੋ ਆਈ ਥਿੰਕ ਉਹ ਵਾਹਿਗੁਰੂ ਨੇ ਬਹੁਤ ਅੱਛੀ ਬਖਸ਼ੀ ਹੈ ਸੋ ਬਹੁਤ ਪਿਆਰ ਵੀ ਮਿਲ ਰਿਹਾ ਸੋ ਬਾਕੀ ਕੋਸ਼ਿਸ਼ ਕਰਦੇ ਹਾਂ ਲੇਕਿਨ ਉਨੀ ਕੋਸ਼ਿਸ਼ ਨਹੀਂ ਹੋ ਪਾਉਂਦੀ ਸੈੱਟ ਦੇ ਉੱਪਰ ਕਦੀ ਇੱਦਾਂ ਡਿਮਾਂਡ ਹੋਇਆ ਕਿ ਕੋਈ ਨਵਾਂ ਡਾਇਰੈਕਟਰ ਹੋ ਜਾਵੇ ਨਵੇਂ ਆਰਟਿਸਟ ਹੋ ਜਾਵੇ ਉਹ ਲੱਭੇ ਹੋਣ ਕਿ ਬੜਾ ਇੱਕ ਸਿਕਸ ਪੈਕ ਦੇ ਵਿੱਚ ਇੱਕ ਬੰਦਾ ਆਊਗਾ ਨਾ ਜਿਹੜਾ ਮੇਨ ਲੀਡ ਕਰ ਰਿਹਾ ਇੱਦਾਂ ਕੋਈ ਸ਼ੌਕਿੰਗ ਮੂਮੈਂਟ ਹੋਇਆ ਕਦੀ ਆਈ ਥਿੰਕ ਇੱਕ ਵਾਰ ਹੋਇਆ ਸੀ ਇੱਕ ਵਾਰ ਹੋਇਆ ਸੀ ਆਪਾਂ ਸ਼ੂਟ ਕਰ ਰਹੇ ਸੀ ਮੈਂ ਗਾਣੇ ਦਾ ਨਾਂ ਨਹੀਂ ਲੈ ਸਕਦਾ ਮਾਡਲ ਦਾ ਨਾਂ ਨਹੀਂ ਲੈ ਸਕਦਾ ਸੋਰੀ ਐਕਟ੍ਰੈਸ ਅੱਜ ਕੱਲ੍ਹ ਮਾਡਲ ਨਹੀਂ ਕਹਿ ਸਕਦੇ ਐਕਟ੍ਰੈਸ ਦਾ ਨਾਮ ਨਹੀਂ ਲੈ ਸਕਦਾ ਤਾਂ ਉਹ ਸੋਚਿਆ ਉਹਨੇ ਕਿ ਅੱਛਾ ਮੇਰੇ ਤੋਂ ਹੀ ਪੁੱਛ ਰਹੇ ਕਿ ਹੀਰੋ ਕੌਣ ਹੈ ਅਤੇ ਬਟ ਨਹੀਂ ਬਟ ਇਟ ਵਾਜ਼ ਅ ਗ੍ਰੇਟ ਐਕਸਪੀਰੀਅੰਸ ਜਦ ਉਹਨਾਂ ਨੂੰ ਪਤਾ ਲੱਗਿਆ ਕਿ ਹਾਂ ਬਈ ਮੇਰੇ ਨਾਲ ਹੀ ਗਾਣਾ ਸ਼ੂਟ ਹੋਣਾ ਅਤੇ ਉਸ ਤੋਂ ਬਾਅਦ ਪਹਿਲੇ 2 ਮਿੰਟ ਤੋਂ ਬੜੀ ਇੰਬੈਰਸਡ ਹੀ ਰਹੀ ਫਿਰ ਉਸ ਤੋਂ ਬਾਅਦ ਕਹਿੰਦੀ ਨਹੀਂ ਦੀਪ ਜੀ ਆਈ ਐਮ ਵੈਰੀ ਸੋਰੀ ਫੋਰ ਦੈਟ ਮੈਂ ਕਿਹਾ ਨੋ ਇਟਸ ਓਕੇ ਹੁੰਦਾ ਹੈ ਇਹ ਪਹਿਲੀ ਵਾਰ ਨਹੀਂ ਹੁੰਦਾ ਸੋ ਕੋਈ ਗੱਲ ਨਹੀਂ ਚੱਲਦਾ ਜੋਕਸ ਪਾਰਟ ਅਸੀਂ ਕੋਈ ਬਾਡੀ ਸ਼ੇਮਿੰਗ ਨਹੀਂ ਕਰ ਰਹੇ ਹਾਂ ਨਾ ਅਸੀਂ ਆਪਣੇ ਘਰ ਦੀ ਗੱਲ ਕਰ ਰਹੇ ਹਾਂ ਪਰ ਫਿਰ ਵੀ ਹੁਣ ਕੰਪੀਟੀਸ਼ਨ ਇੰਨਾ ਵੱਧ ਗਿਆ ਕਿ ਪਲੇਬੈਕ ਸਿੰਗਰ ਨੂੰ ਵੀ ਅੱਗੇ ਜ਼ਿਆਦਾ ਆਉਣਾ ਪੈਂਦਾ ਹੈ ਨਾ ਆਪਣੇ ਆਪ ਨੂੰ ਦਿਖਾਉਣਾ ਪੈਂਦਾ ਤਾਂ ਉਹਦੇ ਲਈ ਯੂ ਹੈਵ ਟੂ ਵੀ ਲੁੱਕ ਵੈਰੀ ਸ਼ਾਰਪ ਹੈ ਨਾ ਫਿਟ ਨਜ਼ਰ ਆਉਣਾ ਪੈਂਦਾ ਤਾਂ ਉੱਦਾਂ ਦੀ ਪ੍ਰੀਪਰੇਸ਼ਨ ਮਾਈਂਡ ਦੇ ਵਿੱਚ ਹੈਗੀਆਂ ਕਿ ਚਲੋ ਨਹੀਂ ਯਾਰ ਇਸ ਸਾਲ ਨਹੀਂ ਕਰਦੇ ਅਗਲੇ ਸਾਲ ਕਰ ਲਾਂਗੇ ਅਗਲੇ ਨੇ ਦੋਸਤ ਅਗਲੇ ਸਾਲ ਕਰ ਲਾਂਗੇ ਹਾਂ ਇਹ ਗੱਲ ਤਾਂ ਹੈ ਐਕਚੁਅਲੀ ਮੈਂ ਹਰ ਸਾਲ ਨਹੀਂ ਹਰ ਮਹੀਨੇ ਸੋਚਦਾ ਵਾਂ ਅਗਲੇ ਮਹੀਨੇ ਤੋਂ ਜਿਮ ਜੁਆਇਨ ਅਗਲੇ ਮਹੀਨੇ ਤੋਂ ਜਿਮ ਜੁਆਇਨ ਲੇਕਿਨ ਉਹ ਅਗਲਾ ਮਹੀਨਾ ਕਦੋਂ ਆਏਗਾ ਗੋਡ ਨੋਸ ਬਾਈ ਤਰ੍ਹਾਂ ਕੱਲ੍ਹ ਸੇ ਜਿਮ ਜਾਏਗਾ ਬਾਈ ਤਰ੍ਹਾਂ ਕੱਲ੍ਹ ਸੇ ਜਿਮ ਜਾਏਗਾ ਬਿਲਕੁਲ ਮੈਂ ਸੋਚ ਰਿਹਾ ਵਾਂ ਕਈ ਵਾਰ
कई बार आप जिम्मे मोटिवेशनल वीडियोज देखने आ, एक दिन मैं देखी आमिर खान की दंगल की जो रेडी हो रहे थे, रितिक रोशन की देखी जब उन्होंने अपना हमने नवी पिक्चर आई थे जब रेडी हो रहे थे, मैं यार दीप तेनों भी कुछ करना चाहिए है। वो सोचने बट 5 मिनट बाद जो दौर वो निकल जाता है, कोई होर चीज़ आ जाती है, सो उत्थे ही खत्म हो जाता। जेकर मैं चलाको मासी गाने की गल करा तो वन ऑफ द बिगेस्ट हिट गाना सी है ना, तो उस गाने तो बाद दीप उसा नूं लैके जां होर इंडस्ट्री दे लोक सी अप्रोच दे विच चेंज आया? नहीं बिल्कुल, बहुत चेंज आया और मतलब गाने ने हिट भी दिता और मिलियंस दे विच व्यूज भी गए, सो थैंक यू सो मच तुहाडा सारिआं दा, तुहाडा सारिआं दा कि तुसीं इन्नी प्रमोशन कीती उस गाने की। तो बिल्कुल उस तो बाद अफेक्ट बहुत ज़्यादा पिया और हुण, लेकिन एक गल ये कि अफेक्ट दे नाल नाल बोझ भी वध गया कि हुण जब अगला कोई गाना आए तो उस तो भी होना चाहिए, 18 नहीं होना चाहिए, 19 भी कहते हैं, तो अगर 19 है तो भी होना चाहिए, सो उस चीज़ का प्रैशर है साढ़े उपर भी, टॉस के उपर भी, तो वो उपर हम देखने की कर सकते हैं। सीधी गल कर रहे थे जो तो तुम एडा वा गाँव हिट कर दें, जो टीम मैंबर ही वे होंगे, थोड़ी पूरी क्रू कास्ट वे प्रोडक्शन हाउस का गाँव हों, म्यूजिक वाइज रिच हों, वीडियो वाइज रिच हों, उस तो बाद जो दर्शकों को पसंद आ जाता है रिस्पोंसिबिलिटी, जिम्मे तुम्हें कहना कि 19 का 20 भी होना चाहिए, 19 का 21 होना चाहिए, 22 होना चाहिए है ना, तो उस चीज़ में लैके जिम्मेवारी वधिया रही कि यार जगह लास्ट टाइम इदा का गाँव दिता सगा तो इस टाइम वड्डा की करिए अलग की कर सकते है ना, तो वो उपर मेहनत कि ज़्यादा रही है वो उपर, जिन्हें कहें कि आप पहले जिमें 10% काम किया या 20% काम किया, हूँ 200% करना पैना वो उपर काम, क्योंकि उस तो थले नहीं जा सकते, हम उपर ही जा सकते आप, और यह चीज़ जी मेनटेन करके रखनी बहुत औखी है, तुम्हें पता ही है ना, तो पहुँचना बहुत सौखा है लेकिन उत्थे मेनटेन बने रहना बहुत औखा है, तो वो मेहनत चल रही है और बाकी बहुत जल्दी एक होर वधिया गाना तुम देखने को मिलेगा। ओके ओ नैन मशूका रेज बजूका कर गई दिल ते फैर नी पार चु कढ़ के खोल बलूका मंगदी शिखर दुपहर फिर ना रुके चलाको मासी कहंदी थोड़ी और जरा सी कुट कुट लाउंदी फिरे गल्ला सी शी डोंट स्टॉप लक तेरा हिले मजाजन ओए होए 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 लक तेरा हिले मजाजन ओए होए 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 होए। थैंक यू जी। जो तुम इदा गाना करते हो ना, पहले एक टाइम सारे सैड रोमांटिक गाने चल रहे, फिर एकदम सडनली बीट आता, लोग पसंद भी करते हैं, उस तो बाद लोग कहते हैं यार दीप उदा का ही गाना कर यार, या नैक्सट टाइम उही गाना कर, तुम कहते कि यार मैंने तो हर तरीके का करना पैंता, पर कई वाले यो सवाल सुनने पे भाजी वो वाला गाना गल नहीं बनी उदा का करो नहीं। वैसे इस बार जब आप चलाको मासी किया, चलाको मासी तो बाद मतलब काफ़ी लोगों ने कहा यार ये भी चीज़ बहुत अच्छी है, और मतलब मैनू परसनली उम्मीद नहीं सी कि लोगों को इन्ना मतलब पसंद आएगा, या मेरे मूँह उन्होंने जिदा के भी गाने सुने हुए हैं रोमांटिक सैड रोमांटिक वो इदा का गाना सुन के भी एप्रीशिएट करेंगे, बट जब वो गाने का रिस्पोंस देखा आई थिंक मेरे हुण तक दे लाइफ का सब तो वड्डा गाना है, सब तो ज़्यादा व्यूज़ ने और सब तो ज़्यादा हिट्स वो उपर गए, सो मैनू बहुत ही एनर्जैटिक जहा फील होया कि नहीं यार हुण इदा के भी करने ने, आई थिंक ट्राई करना चाहिए बंदे नूं, कुछ नहीं पता कदों केड़ा निकल जाए। बॉलीवुड दे विच एक होर ट्रेंड चल गया, पंजाब तो बनी बनाई चीज़ें चकते है ना, जो कोई तुहाडा गाना बहुत ज़्यादा हिट हो जाता तो यह भी बॉलीवुड लैवल तक हिट गाना गया, यदि अप्रोच है कि असं थोड़ा गाना रीमिक्स करके चेंज करके बॉलीवुड दे विच शामिल करना चाहते हैं? वैसे मैनू कहना नहीं चाहिए लेकिन आ रही है और बट हाले तक आप कुछ कन्फर्म नहीं किया, हाले तक कोई कन्फर्मेशन साढ़े वालों नहीं गई है, क्योंकि एक गाना असी ऑलरेडी इन्ना वड्डा कर चुके हैं, अगर उस गाने ना लगे इंसाफ नहीं होएगा तो असी तद तक बिल्कुल नहीं उस गाने छेड़ा होंगे, कि कई बार मेन सिंगर की वोकल ही नहीं पाई जाती, गाने के लिरिक्स इन्ने चेंज करते जाते जो ओरिजिनल मैच ही नहीं खाते, फिर वो तो देखो वो तो फिर गाने मारन वाली गल हो गई ना, कि जेड़ा गाना जिस वजह न हिट होया आवाज़ और लिरिक्स वो तुम दोनों ही चेंज करते तो फिर गाना की रह गया, तो इस जगह ना ही लो दूजा बना लो, तो उस चीज़ लिए तो बिल्कुल खिलाफ हमें, अगर बाई चांस साडा अगला गाना किसी मूवी से जाता है या किसी होर वड्डी वैब सीरीज़ के जाता है तो साड़ी पहली शर्त यही है कि सिंगर और लिरिक्स सेम होने। बिल्कुल इस गल तो खुशकिस्मत कि थोड़े दो जो रीजन दी ऑडियंस जुड़िया हुई हैं, दिल्ली की भी जुड़ी है, पंजाब की भी जुड़िया हुई हैं, तो दिल्ली के लोग पंजाबी गाने भी सुनते हैं, हिंदी गाने भी उन्हें सुनते हैं, तो इन फ्यूचर कोई इदा की प्लैनिंग हैगी है कि थोड़ी लुक के थोड़ी आवाज़ के फुल फ्लैज हिंदी गाना किया जाऊगा? बिल्कुल, हिंदी गाने बारे अगर गल की जाए तो बहुत ही जल्दी किदा का गाना आ रहा है और प्रॉपर हिंदी सॉन्ग है, और मेरी उस थोड़ी जी लुक होएगी बट वो स्टारकास्ट कह लो या मतलब जो भी तुम कह लो सारे ही बॉलीवुड के ने, सो मैं उस गाने लिए भी बहुत काम कर रहा हूँ और बहुत एक्साइटेड हूँ उस गाने लिए भी कि चलो यार जब यह गाना आएगा तो आप पूरा बॉम्बे कैप्चर करांगे। हले रहन दो थोड़ा जा, बाकी यह जरूर मैं कहूँगा कि तुम्हें बॉलीवुड जगत दी हस्तियाँ उस गाने मिलनगे देखने, यह चीज़ की बॉलीवुड की गल करता हूँ, करंटली कोई फिर सिंगर चल रहा है बॉलीवुड के? देखो बॉलीवुड के सारे ही सिंगर वैसे तो फेवरेट ने, अरिजीत
और के जी मेरे बहुत फेवरेट से जो हमने तुम्हें पता ही है चले गए सानू छड़ गए। सो बॉलीवुड की गल की है तो सारे ही मतलब बहुत महान एक तरीके से मतलब सीखे हुए और मतलब उन्होंने की गल करिए मेरे को लफ्ज ही नहीं है उन्होंने गल कर के तुम गल की है तो मोस्टली उन्होंने कई गाने फिल्म ऐसे ने जो अज भी साढ़े नाल जुड़े हुए हैं कई पुरानी 90s की गल करिए 2000 की गल करिए जो हूँ भी ताजे ने गाने उस लिस्ट के करंटली कोई थोड़ा फेवरेट गाना हो फ्रेंकली तुम ऑन कैमरा पुछोगे तो मेरे दिमाग कुछ नहीं चल रहा इस टाइम बट हाँ दे आर द यू नो वन ऑफ द बिगेस्ट एंड वन ऑफ द बेस्ट सिंगर ऑफ माई लाइफ उन्होंने काफ़ी सुनया मैं अरिजीत काफ़ी सुनया और एक और जो सिंगर आते हैं जो हैवी जी ने उन्होंने नाम नहीं याद आ रहा उन्होंने बड़े गाने सुने मैं बाकी नहीं मैं अपने लिए नहीं ऐड किया क्योंकि मैं बॉलीवुड की गल करी है और मैं आई थिंक बॉलीवुड चा पंजाब इंडस्ट्री चा तो उन्होंने मतलब मैं काफ़ी गाने सुने ने मैं याद है उन्होंने एक जुगलबंदी आई सी मास्टर सलीम के नाल अज हूँ दीदार माई का करके आई सी वह बहुत फेवरेट सी मेरी जब भी मैं लो फील कर रहा हूँ डाउन फील कर रहा हूँ वो जरूर सुनना वा मैं अज होना दीदार माही दा अज होना दीदार ए वाली उन्होंने बहुत उच्चे सुर च गाई सी मतलब कमाल सी है। हाँ जी तो नवे प्रोजेक्ट की गल करिए आप इन्होंने दोनों गाने गल की है नैक्सट हूँ की लैके आ रहे हो नैक्सट चलाको मासी तो वड्डा गाना आ रहा चला नहीं चलाको मासी तो अच्छा गाना मतलब वह भी बहुत अच्छा है लेकिन यह आप कोशिश करेंगे कि उस तो भी उपर जाए और विद द सेम मैन कुवर विरक वो दोबारा एक अपना एक होर कोलैबोरेशन की है तो बहुत जल्दी तुम्हें वो भी गाना देखने को मिलेगा जिन्हें लोग तुम सोशल मीडिया पर फॉलो करते हैं उन्होंने इस गल का पता होगा कि जिन्ना तुम्हें गाने का शौक है ना थोड़ा हल्का हल्का एक्टिंग का कीड़ा भी है असं रील्स देखते हैं थोड़ी भाजी वो बिल्कुल अलग नज़र आते हो की शौक है वो नहीं वो शौक बिल्कुल देखो पंजाबी इंडस्ट्री किदा दी इंडस्ट्री ना मुझे जाना ही पड़ेगा मैं बाकी ओदा देखो वो तो एक शौक है ही है बिल्कुल हजे मैं आई एम नॉट इन दैट कंडीशन कि मैं हजे जा सका मूवीज़ दे विच या कुछ भी है बाकी बिल्कुल आने वाले टाइम च मैं जरूर मूवीज़ दे विच ट्राई करांगा अगर थोड़ा बहुत वेट कट हो गया तो भरोसा देना कितना जरूरी होता है बिल्कुल भरोसा देखो भरोसा तुम अपने आप में देंदे रहो ता ही तुम चलते रहोगे कि चलो अज जो नहीं होया वो कल हो जाएगा चलो कल नहीं होया तो परसों होएगा बट इन द एंड होएगा जरूर दो बिल्कुल लॉक कर दो बिल्कुल लॉक कर दो सियाने कहते ना कि अग गाउण के लिए ना तुम पेड़ जो तो एनर्जी चाहिए होंगी है तो इसे थोड़ा ना सारी एनर्जी पेड़ पहले पाने फिर गावे नहीं है पेट वाली जी एनर्जी है मेरी माँ ने बहुत दिती है मैं मतलब जिन्हों कहते मेरी माँ का इन्ना वो है सपोर्ट है इन्नी मेरी माँ मेरा ध्यान रखती है रात को 2 बजे भी अगर मैं कहता कि मम्मी उठो भुख लग रही है थोड़ी जी तो उन्हें पूछना नहीं है कि रोटी पका के दवा या क्या उन्हें चुप करके जवैन वाले 2 परौंठे मेरी प्लेट च पा के मेरे कमरे च दे जाने सो उस चीज़ का मैं बहुत एक वो रहा एक सपोर्ट भी रहा है तो अंदरों एक एक अच्छा लगता है मतलब मैंने भाजी की एक गल बहुत अच्छी लगती है असं भावें हासे मजाक जो भी गल करिए ना बड़ा स्वीटली एक्सैप्टली करते हैं है ना कि चल यार जो है सो है दिस इज़ वेरी भाजी अच्छा वेरी काइंड आप किसी चीज़ को अफेंड नहीं कर रहे है ना सो एक दोस्ती करके असं इकट्ठे बैठे हुए हैं ना तो नैक्सट गल आप गाने की गल की है ना तो फिलहाल इंडिया भाजी तुम पूछी जाओ मैं हूँ पूछ रहा हूँ कैमरे पूछी मैंने है ना कैमरे मेरे सच्चे बन रहे हो चाह लोगे कॉफी लोगे कॉफी लोगे कोल्ड कॉफी लोगे कैमरा ऑफ होता सारा कुछ लवेंगे अच्छा ठीक है जी ठीक है डन 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 जी ओके माँ की गल की तो जो फादर होनी थोड़ी मदर होनी थोड़े खुद के गाने टीवी उपर देखते हैं है ना टेलीकास्ट होते देखते हैं क्योंकि जिहड़ी मेहनत तुसीं करदे हो ना समटाइम्स तुसीं एक्सप्रेस नहीं कर पाउंदे कि रात दे 2 तक वेट डबिंग करनी आ लेट नाइट शूट करना है उहदी तैयारियां किवें दी होंदियां उहनां कोल पहुंचदा फाइनल जिहड़ा आउटपुट हुंदी आ तां उहनां दा फर्स्ट रिएक्शन की हुंदा जदों भी कोई नवां प्रोजेक्ट वेखदे देखो मेरे फादर साहब दा जिहड़ा सब तो पहला एक्सप्रेशन हुंदा है उह सुणदे ने गाणा बड़ी वार सुणनगे उस तों बाद जाके कि दीप इत्थे थोड़ी जिही इह गलती रह गई उह कन्फर्म है मतलब अगर मैं लाइफ दे विच 30 गाणे कीते ने तो 30 के 29 तो कमी निकली है और उन्होंने जी कमी निकली हुई जी होंगी वो सच भी होंगी कि यार वाकई च गलत सी जो साढ़े कल नहीं सूँ दस पाते साडा दिमाग नहीं कह पाता वो जरूर दस देंगे ने तो मैं उन्होंने जदों भी कुछ गाना बनाना वा या कुछ भी वीडियो ऑडियो सब तो पहला व्यूअर मेरे गाने का सब तो पहला स्रोता मेरे ऑडियो का मेरा मेरे फादर साहब होंगे ने उन्हों को एक ग्रीन चिट मिलती है उस तो बाद अगे जाता गाँव और जित गल करिए मम्मी जी बीट के उपर ज़्यादा तो इदा मार चुटकियाँ मार मार के डांस करती जब कोई इदा का कोई गाँव आता है तो
ਬਾਕੀ ਫੁੱਲ ਸਪੋਰਟ ਹੈ ਕਰਵਨ ਜੀ। ਇਦਾਂ ਦੀ ਲੈਵਲ ਜਾਂ ਐਕਸਾਈਟਮੈਂਟ ਲੈਵਲ ਹੋਇਆ ਜਾਂ ਕੋਈ ਇਦਾਂ ਦਾ ਮੂਮੈਂਟ ਹੋਇਆ ਕਿ ਤੁਸੀਂ ਫੁੱਲ ਔਨ ਐਕਸਾਈਟਮੈਂਟ ਨਾਲ ਕੋਈ ਗਾਣਾ ਦਿਖਾਵੇ ਕਿ ਯਾਰ ਇਹ ਤਾਂ ਫੱਟੇ ਚੱਕਣਾ ਪਸੰਦ ਆ ਗਿਆ ਵੱਜ ਗਿਆ ਆਹ ਕੀ ਕੀਤਾ ਤੂੰ ਐਕਚੁਅਲੀ ਰੀਸੈਂਟਲੀ ਹੋਇਆ ਸੀ ਮੇਰੇ ਨਾਲ ਮੈਂ ਬਹੁਤ ਤਿਆਰੀ ਕਰਕੇ ਮੈਂ ਕਿਹਾ ਪਾਪਾ ਬੀਟ ਸੌਂਗ ਬਣਾਇਆ ਇਹ ਦੇਖੋ ਇਹ ਦੇਖੋ ਇਹ ਦੇਖੋ ਪਾਪਾ ਪਾਪਾ ਨੇ ਦੇਖਿਆ ਨਹੀਂ ਨਹੀਂ ਹਾਲੇ ਨਹੀਂ ਉਹ ਉਹਦੇ ਉੱਪਰ ਕੰਮ ਚੱਲ ਰਿਹਾ ਠੀਕ ਹੋਏਗਾ ਅਤੇ ਪਾਪਾ ਨੇ ਮੈਂ ਸੁਣਿਆ ਮੈਂ ਇੱਦਾਂ ਪਾਪਾ ਦੱਸੋ ਯਾਰ ਕਿੱਦਾਂ ਕਿੱਦਾਂ ਲੱਗ ਰਿਹਾ ਪਾਪਾ ਕਹਿ ਰਹੇ ਮਜ਼ਾ ਨਹੀਂ ਆਇਆ ਮਜ਼ਾ ਨਹੀਂ ਆਇਆ ਮੈਂ ਕਿਹਾ ਪਾਪਾ ਮਤਲਬ ਕਮੀ ਕੀ ਸੀ ਕਮੀ ਕਮੀਆਂ ਹੀ ਕਮੀਆਂ ਨੇ ਉਹਨਾਂ ਨੇ ਲਿਸਟ ਸੁਣਾ ਦਿੱਤੀ ਕਮੀਆਂ ਦੀ ਮੈਂ ਕਿਹਾ ਜੀ ਚਲੋ ਠੀਕ ਹੈ ਠੀਕ ਹੈ ਮੈਂ 2 ਮਹੀਨੇ ਉਸ ਗਾਣੇ 'ਤੇ ਕੰਮ ਹੀ ਨਹੀਂ ਕੀਤਾ ਫਿਰ ਉਸ ਤੋਂ ਬਾਅਦ ਇੱਕ ਦਿਨ ਆਪਣੇ ਆਪ ਰੂਮ 'ਚ ਆਏ ਅਤੇ ਕਹਿੰਦੇ ਦੀਪ ਉਹ ਗਾਣਾ ਕੱਢ ਜਰਾ ਸੁਣਾ ਇੱਕ ਵਾਰ ਦੁਬਾਰਾ ਮੈਂ ਪਲੇ ਕੀਤਾ ਅਤੇ ਫਿਰ ਉਸ ਤੋਂ ਬਾਅਦ ਉਹਨਾਂ ਨੇ ਕਮੀਆਂ ਗਿਣਾਈਆਂ ਫਿਰ ਮੈਂ ਉਹ ਕਮੀਆਂ ਠੀਕ ਕੀਤੀਆਂ ਔਰ ਵਾਕਈ ਉਹ ਗਾਣੇ ਦਾ ਲੈਵਲ ਇੱਥੋਂ ਦੀ ਇੱਥੇ ਪਹੁੰਚ ਗਿਆ ਸੋ ਮਤਲਬ ਮੈਂ ਸੁਣ ਕੇ ਚੱਲਣਾ ਆਪਣੇ ਪਿਓ ਦੀ ਜਿਹਨੂੰ ਕਹਿੰਦੇ ਹੈਗੇ ਇੰਡਸਟਰੀ ਦੇ ਵਿੱਚ ਟਾਈਮ ਪਹਿਲਾਂ ਆਇਆ ਕਿ ਸਾਰੇ ਸਿੰਗਲ ਟਰੈਕ ਕਰਨ ਲੱਗ ਪਏ ਫਿਰ ਐਲਬਮਸ ਕਰਨ ਲੱਗ ਪਏ ਇੱਕ ਨਵਾਂ ਵਰਡ ਆ ਗਿਆ ਈਪੀ ਦਾ ਦੌਰ ਆ ਗਿਆ ਹਾਲਾਂਕਿ ਈਪੀ ਵਰਡ ਤਾਂ ਪੁਰਾਣਾ ਹੈ ਪਰ ਇੱਕ ਈਪੀ ਦਾ ਦੌਰ ਆ ਗਿਆ ਸੋ ਇਨ ਫਿਊਚਰ ਅਸੀਂ ਤੁਹਾਨੂੰ ਕਿਸੇ ਈਪੀ ਦੇ ਵਿੱਚ ਦੇਖਾਂਗੇ ਕਿ ਅੱਜ ਮੇਰੇ 4 ਗਾਣੇ ਆ ਮੈਂ ਆਪਣੀ ਈਪੀ ਛੱਡ ਰਿਹਾ ਈਪੀ ਹੁੰਦਾ ਕਿ ਮੈਨੂੰ ਵੀ ਸਮਝਾਓ ਮੈਨੂੰ ਨਹੀਂ ਪਤਾ ਜਦੋਂ ਕੈਸਟ ਚੱਲਦੀਆਂ ਹੁੰਦੀਆਂ ਸੀਗੀਆਂ 2 ਸਾਈਡ ਹੁੰਦੀਆਂ ਸੀ ਈਪੀ 1 ਔਰ ਈਪੀ 2 ਸੀ ਪੁੱਠੇ ਕਰੀ ਚਲਾਉਂਦੇ ਸੀ ਨਾ ਤਾਂ ਈਪੀ 1 ਦੇ ਵਿੱਚ 4 ਗਾਣੇ 2 ਦੇ ਵਿੱਚ 4 ਗਾਣੇ ਤਾਂ ਹੁਣ ਜਦੋਂ 4 ਗਾਣੇ ਛੱਡਦੇ ਆ ਤੁਹਾਨੂੰ ਕਹਿੰਦੇ ਈਪੀ ਕਿ ਮੈਂ ਈਪੀ ਰਿਲੀਜ਼ ਕਰ ਰਿਹਾ ਓਕੇ ਈਪੀ ਨਹੀਂ ਮੈਂ ਹੁਣ ਆਪਣੇ 8 ਗਾਣੇ ਦੀ ਐਲਬਮ ਲਾਂਚ ਕਰ ਚੁੱਕਿਆ ਈਪੀ 1 ਈਪੀ 2 ਦੋਨੋਂ ਆ ਚੁੱਕੀ ਹੈ ਦੋਨੋਂ ਆ ਚੁੱਕੀ ਹੈ ਇਕੱਲੀ ਈਪੀ ਕਰਨ ਦਾ ਹਜੇ ਕੋਈ ਫਿਲਹਾਲ ਮਨ ਨਹੀਂ ਹੈਗਾ ਨਾ ਹਾਲੇ ਐਕਚੁਅਲੀ ਇਹ ਕਿ ਆਪਣਾ ਜਿਹੜੇ ਇੱਕ ਸਿੰਗਲ ਟਰੈਕਸ ਨੇ ਉਹ ਅਸੀਂ ਇੰਨੇ ਜਿਹਨੂੰ ਕਹਿੰਦੇ ਕਿ ਵੱਡੀ ਪ੍ਰੋਡਕਸ਼ਨ ਦੇ ਕਰ ਰਹੇ ਹਾਂ ਸਭ ਕੁਛ ਮਤਲਬ ਅੱਛਾ ਖਾਸਾ ਤਾਮਝਾਮ ਹੈ ਤਾਂ ਉਹਨਾਂ ਦੇ ਉੱਪਰ ਹੀ ਧਿਆਨ ਦੇ ਲਈ ਹੈ ਅਤੇ ਪੇੜ ਚਾਲ 'ਚ ਚੱਲਣ ਦਾ ਫਾਇਦਾ ਨਹੀਂ ਹੈ ਜੋ ਤੁਹਾਡੇ ਕੋਲ ਹੈ ਜੋ ਤੁਹਾਡਾ ਦਿਮਾਗ ਕਹਿ ਰਿਹਾ ਤੁਸੀਂ ਉਹ ਚਲੋ ਹਿੱਟ ਹੋਣਾ ਹੋਏਗਾ ਅਤੇ ਉਹ ਵੀ ਹੋ ਜਾਏਗਾ ਜ਼ਰੂਰੀ ਨਹੀਂ ਕਿ ਨਾਮ ਦੇ ਪਿੱਛੇ ਈਪੀ ਲੱਗ ਜਾਏ ਐਲਬਮ ਦੇ ਪਿੱਛੇ ਲੱਗ ਜਾਏ ਤਾਂ ਹੀ ਹਿੱਟ ਹੋਣੀ ਹੈ ਆਈ ਡੋਂਟ ਥਿੰਕ ਇਹ ਕੰਮ ਕਰੇਗਾ ਇਹ ਜਾਣ ਤੋਂ ਪਹਿਲਾਂ ਇੱਕ ਮੇਰਾ ਆਖਰੀ ਸਵਾਲ ਹੈ ਨਾ ਇੱਕ ਸਿੰਗਰ ਦੇ ਨਾਲ ਤੁਸੀਂ ਪੂਰੀ ਕੰਪਨੀ ਚਲਾ ਰਹੇ ਹੋ ਜਿਹਦਾ ਨਾਮ ਹੈ ਡੌਸ ਮਿਊਜ਼ਿਕ ਹੈ ਨਾ ਇਹਦੇ ਵਿੱਚ ਨਵੇਂ ਮੁੰਡਿਆਂ ਨੂੰ ਜਾਂ ਨਵੇਂ ਕਲਾਕਾਰਾਂ ਨੂੰ ਕਿੰਨਾ ਕੁ ਮੌਕਾ ਦਿੱਤਾ ਜਾਵੇ ਇਸ ਗੱਲ ਦੀ ਵੀ ਨਾਲ ਅਪਰੋਚ ਰਹਿੰਦੀ ਹੈ ਪਹਿਲ ਰਹਿੰਦੀ ਹੈ ਕਿ ਯਾਰ ਅਗਰ ਮੈਂ ਆਪਣੇ ਗਾਣੇ ਤਾਂ ਕਰ ਹੀ ਰਿਹਾ ਅਗਰ ਮੇਰੇ ਕੋਲ ਇੱਕ ਲੇਵਲ ਆ ਅਗਰ ਮੇਰੇ ਕੋਲ ਕੋਈ ਆਉਂਦਾ ਹੈ ਆਰਟਿਸਟ ਤਾਂ ਮੈਂ ਉਹਨੂੰ ਖਾਲੀ ਹੱਥ ਨਹੀਂ ਬੋਲੂੰਗਾ ਅਗਰ ਟੈਲੈਂਟਡ ਹੈ ਤਾਂ ਬਿਲਕੁਲ ਬਿਲਕੁਲ ਇਹ ਦੇਖੋ ਇਸ ਗੱਲ ਦੀ ਅਗਰ ਮਤਲਬ ਇਸ ਟੌਪਿਕ 'ਤੇ ਗੱਲ ਕਰੀ ਜਾਏ ਅਤੇ ਅਸੀਂ ਆਲਰੇਡੀ ਜਿਹੜੇ ਆਊਟਸੋਰਸ ਤੋਂ ਜਿਹੜੇ ਸਾਡੇ ਕੋਲ ਗਾਣੇ ਆ ਰਹੇ ਨੇ ਆਪਾਂ ਰਿਲੀਜ਼ ਕਰ ਰਹੇ ਹਾਂ ਔਰ ਆਪਾਂ ਕਾਫੀ ਜਿਹੜੇ ਨਵੇਂ ਮੁੰਡੇ ਨੇ ਨਵੇਂ ਕੁੜੀਆਂ ਨੇ ਉਹਨਾਂ ਦੇ ਆਪਾਂ ਪ੍ਰੋਜੈਕਟਸ ਲਿੱਤੇ ਵੀ ਨੇ ਉਹਨਾਂ ਦੀ ਵੀਡੀਓਜ਼ 'ਤੇ ਵੀ ਕੰਮ ਚੱਲ ਰਿਹਾ ਬਹੁਤ ਜਲਦੀ ਤੁਹਾਨੂੰ ਉਹਨਾਂ ਦੇ ਵੀ ਵੀਡੀਓਜ਼ ਦੇਖਣ ਨੂੰ ਮਿਲਣਗੀਆਂ ਆਲਰੇਡੀ ਆਪਾਂ ਕੀਤੀਆਂ ਵੀ ਹੋਈਆਂ ਨੇ ਰਿਲੀਜ਼ ਲੇਕਿਨ ਹੋਰ ਵੀ ਤੁਹਾਨੂੰ ਦੇਖਣ ਨੂੰ ਮਿਲਣਗੀਆਂ ਬਾਕੀ ਡੌਸ ਮਿਊਜ਼ਿਕ ਸਿਰਫ ਮੇਰਾ ਨਹੀਂ ਹੈ ਤੁਹਾਡਾ ਸਾਰਿਆਂ ਦਾ ਕੋਈ ਵੀ ਨਵਾਂ ਆਰਟਿਸਟ ਕੋਈ ਵੀ ਮਤਲਬ ਇੱਕ ਨਵਾਂ ਕਲਾਕਾਰ ਆਉਂਦਾ ਹੈ ਤਾਂ ਅਸੀਂ ਉਹਨਾਂ ਦਾ ਦਿਲ ਖੋਲ੍ਹ ਕੇ ਸਵਾਗਤ ਕਰਦੇ ਹਾਂ ਅਤੇ ਉਹਨਾਂ ਗਾਣੇ ਰਿਲੀਜ਼ ਕਰਦੇ ਹਾਂ ਆਪਾਂ ਬਿਲਕੁਲ ਰਿਨੋਨ ਆਰਟਿਸਟ ਦੇ ਵੀ ਕਰਾਂਗੇ ਜਿਹੜੇ ਵੀ ਆਉਣਗੇ ਦੇਖੋ ਹੁਣ ਔਨ ਕੈਮਰਾ ਨਹੀਂ ਗੱਲ ਕਰ ਸਕਦੇ ਯਾਰ ਕੋਈ ਗੱਲ ਨਹੀਂ ਕਦੀ ਕਦੀ ਪੈਂਦੇ ਹੁੰਦੇ ਨੇ ਇਹ ਲਾਈਨ ਇੱਦਾਂ ਦੀ ਹੈ ਕਿ ਜਦ ਤੱਕ ਤੁਹਾਡੇ ਇਹ ਪੰਗੇ ਨਹੀਂ ਪੈਣਗੇ ਤੁਹਾਨੂੰ ਪਤਾ ਨਹੀਂ ਲੱਗੇਗਾ ਕਿ ਹਾਂ ਤੁਸੀਂ ਇਸ ਇੰਡਸਟਰੀ 'ਚ ਹੋ ਥੈਂਕ ਯੂ ਸੋ ਮੈਨ ਵਿਸ਼ ਯੂ ਵੈਰੀ ਗੁੱਡ ਲੱਕ ਫੋਰ ਅਪਕਮਿੰਗ ਫਿਊਚਰ ਹੈ ਨਾ ਅਤੇ ਅਪਕਮਿੰਗ ਜਿੰਨੇ ਵੀ ਗਾਣੇ ਆਉਣ ਦੇ ਲਈ ਸਾਨੂੰ ਸਮਾਂ ਦੇਣ ਦੇ ਲਈ ਪਰਸਨਲੀ ਆਪਣੇ ਜਿਹੜਾ ਪਰਸਨਲ ਰੂਮ ਆ ਨੂੰ ਹਾਈਜੈਕ ਕਰਾਉਣ ਦੇ ਲਈ ਬਹੁਤ ਬਹੁਤ ਧੰਨਵਾਦ ਹੈ ਨਾ ਜਾਣ ਤੋਂ ਪਹਿਲਾਂ ਕਿਸੇ ਵੀ ਗੀਤ ਨਾਲ ਐਂਡ ਕਰਦੇ ਵਾਦੇ ਗਾਣਾ ਵਾਦੇ ਓਕੇ ਹੋ ਤੇਰੇ ਵਾਦੇ ਨਾਲੋਂ ਚੰਗੇ ਤੇਰੇ ਲਾਰੇ ਨੇ ਕਿ ਉਮੀਦ ਨਹੀਂ ਕਰਦੇ ਐ ਪੂਰੇ ਹੋਣ ਦੀ ਹੋ ਤੇਰੇ ਵਾਦੇ ਨਾਲੋਂ ਚੰਗੇ ਤੇਰੇ ਲਾਰੇ ਨੇ ਕਿ ਉਮੀਦ ਨਹੀਂ ਕਰਦੇ ਐ ਪੂਰੇ ਹੋਣ ਦੀ ਹੋਵੇ ਤੂੰ ਜਿੱਤਣ ਦੀ ਗੱਲ ਕਰਦਾ ਦਿਲ ਕਿੰਨੇ ਹਾਰੇ ਮੈਂ ਕਿ ਉਮੀਦ ਨਹੀਂ ਕਰਦੇ ਐ ਪੂਰੇ ਹੋਣ ਦੀ ਕਿ ਉਮੀਦ ਨਹੀਂ ਕਰਦੇ ਐ ਪੂਰੇ ਹੋਣ ਦੀ ਥੈਂਕ ਯੂ ਕੀ ਕਹਿਣਾ ਚਾਹੋਗੇ ਬਸ ਜੀ ਇਹੀ ਕਹਿਣਾ ਚਾਹਾਂਗਾ ਕਿ ਡੌਸ ਮਿਊਜ਼ਿਕ ਨੂੰ ਸਬਸਕ੍ਰਾਈਬ ਕਰੋ ABP ਸਾਂਝਾ ਨਿਊਜ਼ ਦੇਖਦੇ ਰਹੋ ਔਰ ਭਾਈ ਸਾਹਿਬ ਨੂੰ ਫੁੱਲ ਸਪੋਰਟ ਕਰੋ ਬਹੁਤ ਗ੍ਰੇਟ ਪਰਸਨੈਲਿਟੀ ਹੈ ਲਵ ਯੂ ਆਲ ਗਾਇਜ਼ ਵੈਲ ਇਹ ਸਨ ਮੇਰੇ ਨਾਲ ਦੀਪ ਹੋਸਨ ਜਿਨ੍ਹਾਂ ਦਾ ਅੱਜ ਅਸੀਂ ਹੋਟੇਲ ਰੂਮ ਨੂੰ ਹਾਈਜੈਕ ਕੀਤਾ ਸੀਗਾ ਕੈਮਰਾ ਪਰਸਨ ਅਮਿਤ ਸ਼ਰਮਾ ਦੇ ਨਾਲ ਬਲੀ ਬਾਟ ABP ਸਾਂਝਾ